छेती वापस आ जाओ एंड गुड लक बहुत सोना सोना शूट करो एंड उन्होंने मेरे वालों ਵਧਾਈਆਂ ਦਿਓ ਉਹਨਾਂ ਦੇ ਵਿਆਹ ਦੀਆਂ ਟੇਕ ਕੇਅਰ ਬਾਈ ਬਾਈ ਟੇਕ ਕੇਅਰ ਧਿਆਨ ਨਾਲ ਜਾਇਓ ਕੀ ਸੁਣੀ ਆ ਰਹੀ ਹੈ ਬਿਲਡਿੰਗ ਅੱਛਾ ਕੀ ਬਾਤ ਮੈਂ ਤੇ ਕਰਨ ਕਾਫੀ ਟਾਈਮ ਬਾਅਦ ਕੋਈ ਇਕੱਠੇ ਕੰਮ ਕਰਨੇ ਆ ਸ਼ੁਰੂ ਕੀਤਾ ਕਾਫੀ ਟਾਈਮ ਬਾਅਦ ਸਾਡਾ ਟਾਈਮ ਮੈਚ ਹੋਇਆ ਹਾਂਜੀ ਸੋ ਪ੍ਰੀ ਵੈਡਿੰਗ ਸ਼ੂਟ ਆਈ ਜਾ ਰਹੇ ਸੀਗੇ ਸੋ ਮੈਂ ਇੰਡੀਆ ਗਿਆ ਸੀਗਾ ਸੋ ਫਾਈਨਲੀ ਇੰਡੀਆ ਤੋਂ ਆਇਆ ਤੇ ਪ੍ਰੀ ਵੈਡਿੰਗ ਸ਼ੂਟ ਕਰਨੇ ਸ਼ੁਰੂ ਕੀਤੇ ਆ ਦੁਬਾਰਾ ਸੋ ਹੋਪਫੁਲੀ ਜਿਵੇਂ ਪੁਰਾਣਾ ਪ੍ਰੀ ਵੈਡਿੰਗ ਸ਼ੂਟ ਪਸੰਦ ਆਇਆ ਸੀਗਾ ਹੋਪਫੁਲੀ ਇਹ ਪ੍ਰੀ ਵੈਡਿੰਗ ਵੀ ਸ਼ੂਟ ਪਸੰਦ ਆਊਗਾ ਤੁਹਾਨੂੰ ਸਾਰਿਆਂ ਨੂੰ ਐਂਡ ਸ਼ੂਟ ਕਰੀ ਜਾਂਦੇ ਹਾਂ ਅਤੇ ਹੁਣ ਅਸੀਂ ਚੱਲੇ ਹਾਂ ਸਿਟੀ ਅਤੇ ਆਹ ਲੋਕੇਸ਼ਨ ਬਹੁਤ ਵਧੀਆ ਰੋਇਲ ਐਗਜੀਬਿਸ਼ਨ ਸੈਂਟਰ ਠੀਕ ਹੈ ਹੁਣ ਸਾਨੂੰ ਲੱਗਿਆ ਭੁੱਖ ਅਤੇ ਟਾਈਮ ਕੁਛ ਖਾਣ ਦਾ ਸੋ ਅਸੀਂ ਲਈਆਂ ਨੇ ਟੋਸਟੀਸ ਐਂਡ ਇੱਕ ਲੈਮਨ ਲਾਈਮ ਐਂਡ ਕੋਕ ਕੋਕ ਜ਼ੀਰੋ ਪਹਿਲਾਂ ਹੀ ਤੂੰ ਇੰਨਾ ਪਤਲਾ ਕੋਕ ਜ਼ੀਰੋ ਪਾ ਕੇ ਕੀ ਕਰੇਗਾ ਤੂੰ ਉਹ ਕੁਛ ਨਹੀਂ ਹੁੰਦਾ ਇਹ ਉਦੋਂ ਵੀ ਖਤਰਨਾਕ ਹੈ ਇਹਦੇ ਵਿੱਚ ਕਾਫੀ ਮਿੱਠਾ ਹੁੰਦਾ ਆ ਚੀਜ਼ ਬਹੁਤ ਕਿਸੇ ਜੇ ਟਰਾਈ ਕੀਤੀ ਹੈ ਇਹ ਚੀਜ਼ ਬਹੁਤ ਖਤਰਨਾਕ ਹੁੰਦੀ ਹੈ ਯਾਰ ਇਹ ਬਹੁਤ ਵਧੀਆ ਚੀਜ਼ ਹੈ ਆਪ ਵੀ ਉਹ ਕਹਿੰਦਾ ਵੀ ਆਹ ਹਾ ਹਾ ਤੁਸੀਂ ਉਧਰ ਦੇਖਿਆ ਨਾ ਕੈਮਰੇ ਵੱਲ ਨਹੀਂ ਨੋਟ ਕਰਨਾ ਠੀਕ ਹੈ ਬਿਲਕੁਲ ਓਕੇ 1 2 3 ਸਟਾਰਟ ਪਾ ਦੋ इटली ਦਾ ਬਾਹਰ ਨਾ ਇਹਨੂੰ ਇੰਡੀਅਨ ਮੈਨੂ ਨਹੀਂ ਪੜਦੀ ਹੁੰਦੀ ਚੱਲ ਦੱਸ ਕੀ ਖਾਏਗਾ ਬਾਹਰ ਨਹੀਂ ਜਾ ਰਹੇ ਕਿਤੇ ਇੱਕ ਤਾਂ ਈਸਟਰ ਆ ਨੋਟ ਸ਼ੋਰ ਕਿ ਕੋਈ ਰੈਸਟੋਰੈਂਟ ਖੁੱਲ੍ਹਾ ਇੱਕ ਸਾਡਾ ਮਨ ਹੈ ਕਿ ਅਸੀਂ ਘਰੇ ਫੂਡ ਬਣਾਈਏ ਸੋ ਮੈਂ ਦਾਲ ਭਿਉਂ ਰਹੀ ਸੀਗੀ ਦਾਲ ਮੱਖਣੀ ਬਣਾਉਣ ਲਈ ਐਂਡ ਅਸੀਂ ਮੈਨੂ ਦੇ ਵਿੱਚ ਦਾਲ ਮੱਖਣੀ ਰੱਖੀ ਆ ਚਿਲੀ ਚੀਜ਼ ਰੱਖਿਆ ਆ ਐਂਡ ਰਾਈਸ ਐਂਡ ਰੋਟੀ ਐਂਡ ਸੈਲਡ ਸੋ ਐਂਡ ਭਿੰਡੀ ਵੀ ਬਣਾ ਦੂੰਗੀ ਸੋ ਲੈਟਸ ਮੇਕ ਇਟ ਸੋ ਹੁਣ ਮੈਂ ਪਹਿਲਾਂ ਦਾਲ ਭਿਉਂਦਾ ਇਹਨੂੰ ਅਰਾਊਂਡ ਘੰਟਾ ਕੁ ਰੱਖ ਕੇ ਫਿਰ ਮੈਂ ਬਣਾਉਣੀ ਸ਼ੁਰੂ ਕਰ ਦੂੰਗੀ ਐਂਡ ਨਾਲ ਦੇ ਨਾਲ ਮੈਂ ਆਪਣੀ ਕੌਫੀ ਬਣਾ ਰਹੀ ਸੀਗੀ ਕਿਉਂਕਿ ਮੈਂ ਕੁਛ ਨਹੀਂ ਖਾਧਾ ਹਜੇ ਤੱਕ ਕੌਫੀ ਨਾਲ ਪਰਾਂਠੇ ਪਏ ਆ ਸੋ ਅਸੀਂ ਹੁਣ ਸ਼ੁਰੂ ਕਰ ਦਿੱਤੀ ਹੈ ਕੁਕਿੰਗ ਸ਼ੁਕਿੰਗ ਸਾਨੂੰ ਤਾਂ ਭਿੰਡੀ ਕੱਟ ਰਹੀ ਆ ਅਤੇ ਮੈਂ ਤਾਂ ਦਾਲ ਬਣਾ ਰਹੀ ਸੀਗੀ ਦਾਲ ਨੂੰ ਲੱਗ ਰਿਹਾ ਆ ਤੜਕਾ ਸੋ ਇਹਦੇ ਵਿੱਚ ਪਿਆਜ਼ ਪਾ ਅਤੇ ਮਿਰਚਾਂ ਪਾ ਦੀਆਂ ਘਿਓ ਦਾ ਤੜਕਾ ਲਾ ਰਹੀ ਹਾਂ ਐਂਡ ਹੁਣ ਮੈਂ ਇਹਦੇ ਵਿੱਚ ਟਮਾਟਰ ਪਾ ਕੇ ਖੂਬ ਸਾਰਾ ਬਟਰ ਪਾ ਕੇ ਦਾਲ ਮੱਖਣੀ ਬਣਾਉਂਗੀ ਵਧੀਆ ਲੱਗ ਰਿਹਾ ਨਾ ਘਰੇ ਫੂਡ ਪ੍ਰੀਪੇਅਰ ਕਰਕੇ ਵਧੀਆ ਲੱਗ ਰਿਹਾ ਮਨ ਕੀ ਬਾਤ ਬੋਲੋ ਵਧੀਆ ਲੱਗ ਰਿਹਾ ਫਿਲਹਾਲ ਲਈ ਹੈ ਨਾ ਦਾਲ ਰੱਖਤੀ ਹੁਣ ਆਪਾਂ ਬਣਾਵਾਂਗੇ ਚੀਜ਼ ਚਿਲੀ ਇੱਕ ਦਾਲ ਮੱਖਣੀ ਆ ਇਹ ਚ ਚਿਲੀ ਚੀਜ਼ ਬਣ ਰਿਹਾ ਤੇ ਇੱਕ ਬਣਾਵਾਂਗੇ ਆਪਾਂ ਭਿੰਡੀ ਇਹਨਾਂ ਕੁਛ ਕਿਵੇਂ ਬਣ ਗਿਆ ਆਪਣੇ ਘਰ ਚ ਕਮਾਲ ਹੋ ਗਿਆ ਨਾ ਬਾਬੇ ਆਪਣੇ ਘਰ ਚ ਇਹਨਾਂ ਕਿਵੇਂ ਬਣ ਗਿਆ ਤਿੰਨ ਤਿੰਨ ਸਬਜ਼ੀ ਸੀਰੀਅਸਲੀ ਤਿੰਨ ਤਾਂ ਕਦੇ ਐਕਸਪੈਕਟ ਬਣਦਾ ਨਹੀਂ ਹੁੰਦਾ ਚਲ ਤਿੰਨ ਤਿੰਨ ਨਹੀਂ ਇੱਕ ਤਾਂ ਬਣਨੀ ਆ ਤਿੰਨ ਤਾਂ ਐਕਸਪੈਕਟ ਨਹੀਂ ਕਰਦੇ ਤਾਂ ਤੁਸੀਂ ਸੁੱਟ ਦਿਓ ਫਿਰ ਬਣਾ ਕੇ ਕੀ ਕਰੀਏ ਹੈਲੋ ਕੈਸੇ ਹੋ ਡਿਨਰ ਇਜ਼ ਰੈਡੀ ਦਹੀਂ ਸਾਗ ਸਾਗ ਤੋਂ ਜ਼ਿਆਦਾ ਹੋ ਗਿਆ ਸਬਜ਼ੀ ਭਿੰਡੀ ਰਾਈਸ
दो ले आओ ना फिर दोनों चीजें। कैसा लगा खाना आपको? यम्मी है मेरे। आपको कैसा लगा घर का खाना? घर दे देखो की नमक नमक ठीक है सारे? ठीक है अप्रूव भाई, गेस्ट अप्रूव हो गया अपना खाना। खा लो कोई ना। बढ़िया लग रहे हैं बाहर से। शेफ पास हो। बढ़िया लग रहे हो। बढ़िया लग रहे हैं। शेफ पास हो। थैंक यू। बढ़िया लग गया पनीर बनो। हम तो जिगर दिन कहते हर रोज बना सकते हो। नहीं हर रोज तो ऐसे बनाने आ। इन्हां नु ही आदत आ। बनाऊं कितना होया सानू। इन्हां नु आदत है। हुण असीं बाहर कट खाने आ। जो दे आए एक बार एक दो बारी गए होवांगे। जो दे आए एक दो बार घरे खाधा होणा। चूही चर्चे नहीं मुक रहे चूही दे, बस डेली यही चर्चे होंगे। चूही की कर रही है, चूही कित्थे होगी, चूही कपड़े ना टुक रही होवे। भाई उन्होंने कहा वन शुगर केन लार्ज जदी इधर देखे ने भी इतने शुगर केन जूस भी मिलता। तू पढ़ना भुल गई भाई। हाँ बच्चे आप आइसक्रीम खाओ इंजॉय करो। चूही घर पे वेट कर रही है, उनको भी खिलाना। जवाब जवाब खुश होगी जल्दी देख के। फिर आऊगा मिलो। समता तेन यकीन नहीं आ रहा। साडी कुड़ी दा मन करदा रहन नूं परौणा जी रहंदे नहीं। गड्डी लिया मुड़ के पुराना साहब बड़ी छेती लिया कार। चलो बाय। जे चूही निकल इना चो तो छाल ना मारियो। दूर आना बाली। ईस्टर वाले इस बार तेरा है, तू खाई चॉकलेट। ठीक है इंदर ने फिनिश किया।
ਬੜੇ ਖਰਾਬ ਆ।